ਸਸ਼ੀਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕੇएफसी ਦੇ ਆਨਰ ਦੀ ਜ਼ਿੰਦਗੀ ਬਾਰੇ ਜਿਸ ਦਾ ਨਾਮ ਸੀ ਹਾਰਲਿੰਗ ਸੈਂਟਰਸ ਇਹਨਾਂ ਦੀ ਉਮਰ ਉਦੋਂ 5 ਸਾਲ ਦੀ ਸੀ ਜਦੋਂ ਹਾਰਲਿੰਗ ਦੇ ਪਿਤਾ ਦੀ ਡੈਥ ਹੋ ਗਈ ਇਹ ਤਿੰਨ ਭੈਣ ਭਰਾ ਸੀ ਸਭ ਨਾਲੋਂ ਵੱਡਾ ਹੋਣ ਕਰਕੇ ਜ਼ਿੰਮੇਵਾਰੀ ਇਹਨਾਂ ਦੇ ਸਿਰ ਤੇ ਸੀ ਕਿ ਸਾਰੇ ਪਰਿਵਾਰ ਨੂੰ ਕਿਵੇਂ ਪਾਲਣਾ 7 ਸਾਲ ਦੀ ਉਮਰ ਸੀ ਜਦੋਂ ਇਹਨਾਂ ਨੇ ਪਹਿਲੀ ਵਾਰੀ ਕਿਚਨ ਵਿੱਚ ਖਾਣਾ ਬਣਾਇਆ ਤੇ ਸਿੱਖਿਆ ਇੱਕ ਛੋਟੇ ਬੱਚੇ ਲਈ ਇਹ ਕੰਮ ਸਿੱਖਣਾ ਬਹੁਤ ਵੱਡੀ ਗੱਲ ਨੇ ਜਦੋਂ ਇਹਨਾਂ ਦੀ ਉਮਰ 12 ਸਾਲ ਦੀ ਹੋਈ ਤਾਂ ਇਹਨਾਂ ਦੀ ਮਾਤਾ ਨੇ ਦੂਸਰੀ ਸ਼ਾਦੀ ਕਰ ਲਈ ਪਰ ਅਫਸੋਸ ਇਹ ਸੀ ਕਿ ਇਹਨਾਂ ਨੂੰ ਆਪਣਾ ਨਵਾਂ ਪਿਤਾ ਪਸੰਦ ਨਹੀਂ ਸੀ ਤੇ ਪਿਤਾ ਨੂੰ ਆਪਣਾ ਬੱਚਾ ਪਸੰਦ ਨਹੀਂ ਸੀ ਇਸ ਕਰਕੇ ਇਹ ਆਪਣੇ ਪਿਤਾ ਨਾਲ ਲੜ ਕੇ ਕਰੋਂ ਬਾਹਰ ਰਹਿਣ ਲੱਗ ਪਏ ਇਹਨਾਂ ਨੇ ਆਪਣੀ ਆਂਟੀ ਕੋਲ ਰਹਿਣਾ ਸ਼ੁਰੂ ਕਰ ਦਿੱਤਾ 16 ਸਾਲ ਤੱਕ ਜੌਬ ਕੀਤੀ ਪਾਣੀ ਭਰਿਆ ਲੋਕਾਂ ਦੇ ਘਰਾਂ ਦਾ ਕੰਮ ਕੀਤਾ ਪਰ ਫਿਰ ਇਹਨਾਂ ਨੇ ਕੀ ਕੀਤਾ ਕਿ ਇੱਕ ਬਹੁਤ ਵੱਡਾ ਕਪਲਾ ਕੀਤਾ ਇਹਨਾਂ ਨੇ ਸੈਨਾ ਵਿੱਚ ਭਰਤੀ ਹੋ ਗਏ ਆਪਣੀ ਉਮਰ ਵੱਡੀ ਦੱਸ ਕੇ ਪਰ ਜਦੋਂ ਸੈਨਾ ਵਾਲਿਆਂ ਨੂੰ ਪਤਾ ਲੱਗਾ ਤਾਂ ਇਹਨਾਂ ਨੂੰ ਬਹੁਤ ਸ਼ਰਮਿੰਦਾ ਹੋਣਾ ਪਿਆ ਫਿਰ ਇਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਰੇਲਵੇ ਵਿੱਚ ਮਿਹਨਤ ਕੀਤੀ ਹਾਰ ਨਹੀਂ ਮੰਨੀ ਕੋਈ ਨਾ ਕੋਈ ਛੋਟਾ ਮोटा ਕੰਮ ਜ਼ਰੂਰ ਕਰਦੇ ਰਹੇ ਫਿਰ ਇਹਨਾਂ ਦਾ ਵਿਆਹ ਹੋ ਗਿਆ ਵਿਆਹ ਤੋਂ ਬਾਅਦ ਇਹਨਾਂ ਨੇ ਕ੍ਰੈਡਿਟ ਕਾਰਡ ਵੇਚੇ ਭਾਵੇਂ ਉਹ ਹਰ ਕੰਮ ਕੀਤਾ ਜੋ ਇੱਕ ਇਨਸਾਨ ਨੂੰ ਜੀਂਦੇ ਰਹਿਣ ਵਾਸਤੇ ਤੇ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਵਾਸਤੇ ਜ਼ਰੂਰੀ ਹੁੰਦਾ ਹੈ ਹਾਰਲਿੰਸ ਸੈਂਡਲਸ ਨੇ ਕਿਸ਼ਤੀ ਬਣਾਉਣ ਦਾ ਕੰਮ ਵੀ ਕੀਤਾ ਜਦੋਂ ਕਿਸਤੀ ਦਾ ਕੰਮ ਵਧੀਆ ਚੱਲ ਪਿਆ ਤਾਂ ਇਹਨਾਂ ਨੇ ਨਾਲ ਹੀ ਕੈਮੀਕਲ ਦਾ ਕੰਮ ਸ਼ੁਰੂ ਕਰ ਦਿੱਤਾ ਕੈਮੀਕਲ ਦੇ ਕੰਮ ਤੋਂ ਬਾਅਦ ਇਹਨਾਂ ਨੇ ਲੈਂਪ ਬਣਾਉਣੇ ਸ਼ੁਰੂ ਕਰ ਦਿੱਤੇ ਲੈਂਪ ਦਾ ਕੰਮ ਪੂਰਾ ਵਧੀਆ ਚੱਲ ਹੀ ਰਿਹਾ ਸੀ ਕਿ ਕੀ ਹੋਇਆ ਕਿ ਇੱਕ ਹੋਰ ਵੱਡੀ ਕੰਪਨੀ ਆ ਗਈ ਜੋ ਕਿ ਜ਼ਿਆਦਾ ਵਧੀਆ ਕੁਆਲਿਟੀ ਦੇ ਲੈਂਪ ਬਣਾਉਂਦੀ ਸੀ ਹਾਲੀ ਨੂੰ ਪਤਾ ਲੱਗ ਗਿਆ ਕਿ ਹੁਣ ਮੇਰੀ ਇੱਥੇ ਦਾਲ ਨਹੀਂ ਗੱਲ ਫਿਰ ਇਹਨਾਂ ਨੇ ਇੰਸ਼ੋਰੈਂਸ ਦਾ ਕੰਮ ਕੀਤਾ ਪਾਵੇ ਹੈ ਕਿ ਇਹਦੀ ਜ਼ਿੰਦਗੀ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਚੱਲਦੇ ਰਹਿਣਾ ਚਾਹੀਦਾ ਹੈ ਅਸੀਂ ਇੱਕ ਨਾ ਇੱਕ ਦਿਨ ਮੰਜ਼ਿਲ ਤੇ ਜ਼ਰੂਰ ਪਹੁੰਚਾਂਗੇ ਇਹਨਾਂ ਨੇ ਲਾਹ ਦੀ ਭੜਾਈ ਵੀ ਕੀਤੀ ਪਰ ਅਫਸੋਸ ਕਿ ਕੋਰਟ ਵਿੱਚ ਜੱਜ ਨਾਲ ਲੜ ਪਏ ਜਿਸ ਕਰਕੇ ਇਹਨਾਂ ਨੂੰ ਆਪਣਾ ਕੰਮ ਛੱਡਣਾ ਪਿਆ ਪਰ ਇਹਨਾਂ ਦਾ ਇਹ ਕੰਮ ਰੁਕਿਆ ਨਹੀਂ ਇਹਨਾਂ ਨੇ ਪ੍ਰੋਫਿਟ ਸ਼ੇਅਰਿੰਗ ਦਾ ਕੰਮ ਕੀਤਾ ਫਿਰ ਅਚਾਨਕ ਇਹਨਾਂ ਨੂੰ ਯਾਦ ਆਇਆ ਕਿ ਇਹਨਾਂ ਦਾ ਤਾਂ ਸੁਪਨਾ ਕੁਕਿੰਗ ਦਾ ਸੀ ਸੋ ਇਹਨਾਂ ਨੇ ਆਪਣੇ ਬਚਪਨ ਵਾਲਾ ਕੰਮ ਸ਼ੁਰੂ ਕਰਕੇ ਸੜਕ ਦੇ ਕਿਨਾਰੇ ਇੱਕ ਰੇੜੀ ਲਾ ਕੇ ਫ੍ਰੀ ਵਿੱਚ ਚਿਕਨ ਵੰਡਣਾ ਸ਼ੁਰੂ ਕਰ ਦਿੱਤਾ ਇਹ ਫਰਾਈਡ ਚਿਕਨ ਦੀ ਰੈਸিপি ਬਹੁਤ ਵਧੀਆ ਤਰੀਕੇ ਨਾਲ ਜਾਣਦੇ ਇਹਨਾਂ ਨੇ ਸੜਕ ਤੇ ਰੈਸਟੋਰੈਂਟ ਬਣਾਇਆ ਪਹਿਲਾਂ ਲੋਕਾਂ ਨੂੰ ਫ੍ਰੀ ਦਾ ਖਵਾਇਆ ਤੇ ਜਦੋਂ ਲੋਕਾਂ ਨੂੰ ਖਾਣ ਦੀ ਆਰਤ ਪੈ ਗਈ ਤਾਂ ਇਹਨਾਂ ਦਾ ਬਿਜ਼ਨਸ ਵਧੀਆ ਚੱਲ ਪਿਆ ਇਸੇ ਤਰ੍ਹਾਂ ਹੀ ਇੱਕ ਵਾਰੀ ਉੱਥੋਂ ਲੰਘਦੇ ਹੋਏ ਇੱਕ ਗਵਰਨਰ ਨੇ ਇਹਨਾਂ ਦਾ ਖਾਣਾ ਬਹੁਤ ਪਸੰਦ ਆਇਆ ਤਿੰਨ ਚਾਰ ਸਾਲ ਬਾਅਦ ਜਦੋਂ ਇਹਨਾਂ ਦਾ ਕੰਮ ਬਹੁਤ ਵਧੀਆ ਚੱਲ ਪਿਆ ਤਾਂ ਇਹਨਾਂ ਦਾ ਆਪਣੇ ਨਾਲ ਦੇ ਦੋਸਤ ਨਾਲ ਝਗੜਾ ਹੋ ਗਿਆ ਜਿਸ ਕਰਕੇ ਇਹਨਾਂ ਨੂੰ ਕੰਮ ਖਤਮ ਕਰਨਾ ਪਿਆ ਇਹਨਾਂ ਨੇ ਇੱਕ ਹੋਰ ਰੈਸਟੋਰੈਂਟ ਖੋਲੇ ਆ ਉਹਦੇ ਵਿੱਚ ਅੱਗ ਲੱਗਣ ਕਰਕੇ ਉਹ ਨਹੀਂ ਚੱਲਿਆ ਅਤੇ ਤੀਜਾ ਰੈਸਟੋਰੈਂਟ ਜਦੋਂ ਇਹਨਾਂ ਨੇ ਖੋਲੇ ਆ ਤਾਂ ਉਦੋਂ ਵਰਡਵਾਰ ਲੱਗਣ ਕਰਕੇ ਉਹ ਵੀ ਨਹੀਂ ਚੱਲਿਆ ਭਾਵੇਂ ਹੈ ਕਿ ਜਿਹੇ ਵੀ ਕੰਮ ਨੂੰ ਹੱਥ ਪਾਇਆ ਹੁਸੇ ਕੰਮ ਵਿੱਚ ਨਾਕਾਮਜਾਬੀ ਮਿਲੀ ਇਹ ਤੋਂ ਸਾਨੂੰ ਸਿੱਖਿਆ ਮਿਲਦੀ ਕਿ ਜਿੱਦੀ ਬਣਿਆ ਰਹਿਣਾ ਚਾਹੀਦਾ ਹੈ ਹੌਲੀ-ਹੌਲੀ ਤਰੱਕੀ ਆਪੇ ਆਉਂਦੀ ਹੈ ਵੱਡਾ ਆਦਮੀ ਬਣ ਲਈ ਇਹਨਾਂ ਨੇ ਬਹੁਤ ਕੁਝ ਕੀਤਾ ਫਿਰ ਇਹਨਾਂ ਨੇ ਆਪਣੀ ਫਰਾਈਡ ਚਿਕਨ ਦੀ ਰੈਸিপি ਵੇਚਣ ਵਾਸਤੇ ਸੋਚਿਆ ਰੈਸিপি ਵੇਚਣ ਵਾਸਤੇ ਇਹਨਾਂ ਨੂੰ 1009 ਵਾਰ ਰਿਜੈਕਟ ਕੀਤਾ ਗਿਆ ਭਾਵੇਂ ਜੈਸਵੀ ਰੈਸਟੋਰੈਂਟ ਵਿੱਚ ਜਾਂਦੇ ਸਾਰੇ ਇਹਨਾਂ ਦੀ ਰੈਸਪੀ ਨੂੰ ਨਾ ਪਸੰਦ ਕਰ ਦਿੰਦੇ। ਕਈ ਵਾਰ ਇਹਨਾਂ ਨੂੰ ਰਾਤ ਗੱਡੀ ਵਿੱਚ ਸੌਣਾ ਪੈਂਦਾ ਕਿ ਸਵੇਰੇ ਜਦੋਂ ਮਾਲਕ ਜਲਦੀ ਆਉਣਗੇ ਤਾਂ ਇਹ ਆਪਣੀ ਰੈਸਪੀ ਉਹਨਾਂ ਨੂੰ ਦੇਣਗੇ। ਇਸੇ ਤਰ੍ਹਾਂ ਹੁੰਦਿਆਂ ਹੁੰਦਿਆਂ ਕੀ ਹੋਇਆ ਕਿ ਇੱਕ ਵੱਡੇ ਰੈਸਟੋਰੈਂਟ ਵਾਲੇ ਨੂੰ ਇਹਨਾਂ ਦੀ ਰੈਸਪੀ ਬਹੁਤ ਜ਼ਿਆਦਾ ਪਸੰਦ ਆ ਗਈ ਤੇ ਉਸਨੇ ਇਹਨਾਂ ਦੀ ਰੈਸਪੀ ਨੂੰ ਖਰੀਦ ਲਿਆ। ਪਰ ਫੇਰ ਵੀ ਇਹਨਾਂ ਦਾ ਉਹ ਕੰਮ ਰੁਕਿਆ ਨਹੀਂ। ਰੈਸিপি ਬਹੁਤ ਜ਼ਿਆਦਾ ਪਪੂਲਰ ਹੋ ਗਈ ਤੇ ਇਹਨਾਂ ਨੇ 1964 ਵਿੱਚ ਪਹੁੰਦਿਆਂ ਪਹੁੰਦਿਆਂ 600 KFC ਸੈਂਟਰ ਖੋਲ ਚੁੱਕੇ ਸਨ ਬਾਅਦ ਕੇ ਹਰ ਦੇਸ਼ ਵਿੱਚ ਅਮਰੀਕਾ ਤੋਂ ਬਾਹਰ ਵੀ ਇਹਨਾਂ ਦੇ KFC ਦੇ ਕਾਰਨਰ ਖੋਲ ਚੁੱਕੇ ਸਨ 16 ਦਸੰਬਰ 1980 ਨੂੰ ਪੈਪਸੀ ਕੋ ਨੂੰ ਇਹਨਾਂ ਨੇ ਆਪਣੀ ਰੈਸিপি ਜੋ ਹੀ ਇੱਕ ਅਰਬ ਦੇ ਵਿੱਚ ਵੇਚ ਦਿੱਤੀ ਜੋ ਕਿ ਅੱਗੇ 840 ਮਿਲੀਅਨ ਤੱਕ ਪਹੁੰਚੀ ਭਾਗ ਕੇ ਇੱਕ ਇਨਸਾਨ ਜੋ ਕਿ ਕੁਝ ਵੀ ਨਹੀਂ ਸੀ ਕਿਵੇਂ ਕਰੋੜਾਂ ਅਰਬਾਂ ਤੱਕ ਪਹੁੰਚ ਗਿਆ ਸਿਰਫ ਆਪਣੇ ਹੌਸਲੇ ਔਰ ਆਪਣੇ ਸਿੱਦਕ ਕਰਕੇ ਸੋ ਇਥੋਂ ਸਾਨੂੰ ਇਹ ਅਪਸਿਤ ਉਹੀ ਪਤਾ ਚੱਲਦਾ ਹੈ ਕਿ ਸਾਨੂੰ ਜ਼ਿੰਦਗੀ ਵਿੱਚ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ ਧੰਨਵਾਦ